ਬਠਿੰਡਾ ਪੁਲਿਸ ਨੇ ਤੇਲ ਚੋਰੀ ਕਰਨ ਵਾਲੇ ਗਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੇ ਕੋਲੋਂ ਭਾਰੀ ਮਾਤਰਾ ਵਿੱਚ ਤੇਲ ਦੇ ਭਰੇ ਡਰੰਮ ਬਰਾਮਦ ਕੀਤੇ ਗਏ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ 52 ਡਰੰਮਾਂ ਦੀ ਕੀਮਤ 10 ਲੱਖ ਦੱਸੀ ਜਾ ਰਹੀ ਹੈ। CIA ਦੋਸਤ ਬਠਿੰਡਾ ਦੇ ਤਜਿੰਦਰ ਸਿੰਘ ਨੇ ਇਸ ਮੌਕੇ 'ਤੇ ਜਾਣਕਾਰੀ ਦਿੰਦਿਆਂ ਕਿਹਾ, SSP ਸਾਹਿਬ ਬਠਿੰਡਾ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ CIA ਸਟਾਫ 2 ਬਠਿੰਡਾ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਤੇਲ ਚੋਰੀ ਕਰਨ ਵਾਲੇ ਗਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 22,400 ਲੀਟਰ ਡੀਜ਼ਲ, ਪੈਟਰੋਲ ਅਤੇ ਮੋਬਲ ਜਿਹੜਾ ਬਰਾਮਦ ਕਰਾਇਆ, ਜਿਨ੍ਹਾਂ ਪਾਸੋਂ ਇੱਕ ਤੇਲ ਵਾਲਾ ਟੈਂਕਰ, ਇੱਕ ਪਿਕਅਪ ਡਾਲਾ ਅਤੇ 52 ਡਰੰਮ ਤੇਲ ਦੇ ਬਰਾਮਦ ਹੋਏ। ਇਹ ਕਾਫੀ ਲੰਬੇ ਸਮੇਂ ਤੋਂ ਜਿਹੜੇ ਇਹਨਾਂ ਦਾ ਸਕੈਂਡਲ ਚੱਲ ਰਿਹਾ, ਜਿਨ੍ਹਾਂ ਨੇ ਕਰੀਬ ਡਿਸਟ੍ਰਿਕਟ ਬਠਿੰਡੇ ਦੇ ਵਿੱਚ 18-20 ਨਹੁਰੇ ਜਿਹੜੇ ਖੋਲ੍ਹੇ ਹੋਏ ਆ, ਜਿਨ੍ਹਾਂ ਦੇ ਖਿਲਾਫ ਪੰਪ ਐਸੋਸੀਏਸ਼ਨ ਵੱਲੋਂ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਸ਼ਿਕਾਇਤਾਂ ਆ ਰਹੀਆਂ ਸੀਗੀਆਂ, ਅਤੇ ਜਿਹਦੇ ਅਨੁਸਾਰ ਅਸੀਂ ਇਹਨਾਂ ਦੇ ਉੱਤੇ ਕਾਰਵਾਈ ਕਰਦੇ ਹੋਏ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ। 63 ਰੁਪਏ ਲੀਟਰ ਦੇ ਹਿਸਾਬ ਨਾਲ ਤੇਲ ਲੈ ਕੇ ਅੱਗੇ 68 ਰੁਪਏ ਦੇ ਹਿਸਾਬ ਨਾਲ ਵੇਚਦੇ ਸੀ ਆਪਣੇ ਘਰ। 8 ਤੋਂ 10 ਲੱਖ ਦੇ ਕਰੀਬ ਇਹਨਾਂ ਦੀ ਕੀਮਤ ਬਣਦੀ ਸੀ।